ਦਾ ਖਾਲਸਾ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰਜਿਸਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਪੁੰਛ ਵਿੱਚ ਹੋਣ ਜਾ ਰਹੇ ਹਨ। ਮਾਨਯੋਗ ਮਹੰਤ ਸਾਹਿਬ ਜੀ ਨੇ 11 ਕੈਂਡੀਡੇਟਾਂ ਦੇ ਜੋ ਨਾਂ ਅਪਰੂਵ ਕੀਤੇ ਸਨ ਉਹਨਾਂ ਸਾਰੇ ਉਹਨਾਂ ਵਿੱਚੋਂ ਇੱਕ ਕੈਂਡੀਡੇਟ ਅਨਕੰਟੈਸਟਿਡ ਉਹ ਜਿੱਤ ਗਏ ਹਨ। ਉਹਨਾਂ ਦੇ ਅਗੇਂਸਟ ਕੋਈ ਕੈਂਡੀਡੇਟ ਖੜਾ ਨਹੀਂ ਹੋਇਆ ਅਤੇ ਬਾਕੀ 10 ਜੋ ਕੈਂਡੀਡੇਟ ਹਨ ਉਹ ਇਲੈਕਸ਼ਨ ਵਿੱਚ ਜਾ ਰਹੇ ਹਨ। ਉਹਨਾਂ ਦੇ ਉਹਨਾਂ ਨੂੰ ਜੋ ਸਿੰਬਲ ਅਲਾਟ ਹੋਇਆ ਹੈ ਉਹ ਗੈਸ ਸਿਲੰਡਰ ਹੈ। ਪੁੰਛ ਦੀ ਸਾਰੀ ਸਿੱਖ ਸੰਗਤ ਨੂੰ ਇਹ ਬੇਨਤੀ ਹੈ ਕਿ ਜੋ ਡੇਰਾ ਨੰਗਾਲੀ ਸਾਹਿਬ ਮਹਾਰਾਜ ਮਹੰਤ ਸਾਹਿਬ ਜੀ ਨੇ ਜੋ ਲਿਸਟ ਅਪਰੂਵ ਕੀਤੀ ਸੀ ਅਰਦਾਸ ਕਰਕੇ ਉਹਨਾਂ ਕੈਂਡੀਡੇਟਾਂ ਨੇ ਫਾਰਮ ਭਰਿਆ ਸੀ ਉਹਨਾਂ ਸਾਰਿਆਂ ਨੂੰ ਵੋਟ ਦੇ ਕੇ ਕਾਮਯਾਬ ਕਰਨ। ਜਿਸ ਤਰ੍ਹਾਂ ਕਿ ਅਜੋਟ ਖੜੀ ਧਰਮਸਾਲ ਕੁਸੱਲੀਆਂ ਅਤੇ ਦਿਗਵਾਰ 'ਚੋਂ ਸਰਦਾਰ ਸੁਰਜਨ ਸਿੰਘ ਜੀ ਜੋ ਮਹੰਤ ਸਾਹਿਬ ਜੀ ਦੇ ਕੈਂਡੀਡੇਟ ਹਨ, ਇਸੇ ਤਰ੍ਹਾਂ ਦਰਾ ਮੰਗਨਾੜ ਕਨੂਈਆਂ ਚਲਾਸ ਵਿੱਚੋਂ ਗੁਰਪ੍ਰੀਤ ਸਿੰਘ ਜੀ ਜੋ ਇਸ ਨੂੰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸ਼ੌਚ ਕਹਿੰਦੇ ਹਾਂ ਉਹ ਉੱਥੇ ਦੇ ਕੈਂਡੀਡੇਟ ਹਨ। ਪੁਰਾਣੀ ਪੁੰਛ ਤੋਂ ਸਰਦਾਰ ਤੀਰਥ ਸਿੰਘ ਜੀ ਉਹ ਮਹੰਤ ਸਾਹਿਬ ਜੀ ਦੇ ਜੋ ਅਪਰੂਵਡ ਕੈਂਡੀਡੇਟ ਹਨ। ਇਸੇ ਤਰ੍ਹਾਂ ਵਾਰਡ ਨੰਬਰ 10 ਚੋਂ ਸਰਦਾਰ ਮਨਜੀਤ ਸਿੰਘ ਜੀ ਕੈਂਡੀਡੇਟ ਹਨ। ਵਾਰਡ ਨੰਬਰ 8 ਤੋਂ ਸਰਦਾਰ ਨਰਿੰਦਰ ਸਿੰਘ ਜੀ ਸਾਬਕਾ ਪ੍ਰਧਾਨ ਜੋ ਸਾਡੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਨ ਉਹ ਉੱਥੋਂ ਇਲੈਕਸ਼ਨ ਲੜ ਰਹੇ ਹਨ। ਅਤੇ ਇਸੇ ਤਰ੍ਹਾਂ ਕਾਮਸਰ ਤੋਂ ਸਰਦਾਰ ਗੁਰਚਰਨ ਸਿੰਘ ਜੀ ਹਨ। ਡੁੰਗਸ ਤੋਂ ਬਲਵਿੰਦਰ ਸਿੰਘ ਜੀ ਬਾਗੀ ਉਹ ਇਲੈਕਸ਼ਨ ਲੜ ਰਹੇ ਹਨ। ਬਾਵਲੀ ਤੋਂ ਸਰਦਾਰ ਕੁਲਦੀਪ ਸਿੰਘ ਜੀ ਜੋ ਡੇਰਾ ਸਤਪੁਰਾ ਨੰਗਾਲੀ ਸਾਹਿਬ ਵਿੱਚ ਬਹੁਤ ਵੱਡੀ ਸੇਵਾ ਕਰਦੇ ਹਨ ਉਹ ਵੀ ਉਹ ਮਹੰਤ ਸਾਹਿਬ ਜੀ ਨੇ ਉਹਨਾਂ ਨੂੰ ਉੱਥੇ ਕੈਂਡੀਡੇਟ ਬਣਾਇਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 15 ਤੋਂ ਸਰਦਾਰ ਹਰਚਰਨ ਸਿੰਘ ਜੀ ਰਾਗੀ ਜੋ ਸਿੰਘ ਸਭਾ ਦੇ ਹਜ਼ੂਰੀ ਰਾਗੀ ਹਨ ਉਹ ਉੱਥੋਂ ਇਲੈਕਸ਼ਨ ਲੜ ਰਹੇ ਹਨ ਜੋ ਕਿ ਡੇਰਾ ਸਤਪੁਰਾ ਨੰਗਾਲੀ ਸਾਹਿਬ ਦੇ ਕੈਂਡੀਡੇਟ ਹਨ। ਸਰਦਾਰ ਸੁਰਿੰਦਰ ਸਿੰਘ ਜੀ ਬਜਾਜ ਜੋ ਵਾਰਡ ਨੰਬਰ 7 ਤੋਂ ਅਤੇ 8 ਤੋਂ ਉਹ 6 ਅਤੇ 7 ਤੋਂ ਇਲੈਕਸ਼ਨ ਲੜ ਰਹੇ ਹਨ। ਅਤੇ ਉਹਨਾਂ ਦਾ ਵੀ ਜੇ ਸਾਰਿਆਂ ਦੇ ਕੈਂਡੀਡੇਟਾਂ ਦਾ ਜੋ ਸਿੰਬਲ ਹੈ ਉਹ ਗੈਸ ਸਿਲੰਡਰ ਹੈ। ਸਾਰੀ ਸਿੱਖ ਸੰਗਤ ਨੂੰ ਇਹ ਬੇਨਤੀ ਹੈ ਕਿ ਗੈਸ ਸਿਲੰਡਰ 'ਤੇ ਮੋਹਰ ਲਗਾ ਕੇ 27 ਤਾਰੀਖ ਨੂੰ ਅਤੇ ਇਹਨਾਂ ਕੈਂਡੀਡੇਟਾਂ ਨੂੰ ਕਾਮਯਾਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।